ਪਾਸਪੁਰ ਦੇ ਬਟਾਲਾ ਵਿਖੇ ਗ੍ਰੰਥੀ ਵੱਲੋਂ ਪ੍ਰਸਾਦ ਵਿੱਚ ਭੰਗ ਮਿਲਾ ਦੇਣ ਦੇ ਮਾਮਲੇ ਨੂੰ ਲੈ ਕੇ ਬਿਮਾਰ ਹੋਏ ਬੱਚਿਆਂ ਦੀ ਖਬਰ ਸਾਹ ਲੈਣ ਦੇ ਲਈ ਆਮ ਆਦਮੀ ਪਾਰਟੀ ਦੇ ਕਨਵੀਨਰ ਗੁਰਪ੍ਰੀਤ ਸਿੰਘ ਵੜੈਚ ਹਸਪਤਾਲ ਪੁੱਜੇ। ਦੱਸਦੀਏ ਕਿ ਇਸ ਘਟਨਾ ਦੇ ਵਿੱਚ ਇੱਕ ਬੱਚੇ ਦੀ ਮੌਤ ਵੀ ਹੋ ਗਈ ਸੀ ਅਤੇ ਪੁਲਿਸ ਵੱਲੋਂ ਗ੍ਰੰਥੀ ਦੇ ਖਿਲਾਫ ਮਾਮਲਾ ਵੀ ਦਰਜ ਕੀਤਾ ਗਿਆ। ਬਟਾਲਾ ਵਿਖੇ ਬੱਚਿਆਂ ਨਾਲ ਹੋਈ ਦੁਖਦਾਈ ਘਟਨਾ ਉਪਰੰਤ ਆਪ ਉਮੀਦਵਾਰ ਅਤੇ ਕਨਵੀਨਰ ਗੁਰਪ੍ਰੀਤ ਸਿੰਘ ਘੁੱਗੀ ਬੱਚਿਆਂ ਦਾ ਹਾਲ ਚਾਲ ਜਾਣਨ ਦੇ ਲਈ ਸਿਵਲ ਹਸਪਤਾਲ ਬਟਾਲਾ ਵਿਖੇ ਪੁੱਜੇ। ਇਸ ਮੌਕੇ ਗੁਰਪ੍ਰੀਤ ਨੇ ਸਿਵਲ ਹਸਪਤਾਲ ਦੇ ਇਲਾਜ ਅਤੇ ਪ੍ਰਬੰਧਾਂ ਦੀ ਤਾਰੀਫ਼ ਕੀਤੀ ਅਤੇ ਪਰਿਵਾਰਕ ਮੈਂਬਰਾਂ ਦੇ ਨਾਲ ਦੁੱਖ ਸਾਂਝਾ ਕਰਦਿਆਂ ਉਹਨਾਂ ਨੂੰ ਸਖ਼ਤ ਸਜ਼ਾ ਦੇਣ ਦੀ ਮੰਗ ਕੀਤੀ। ਬੱਚੇ ਤੋਂ ਉੱਪਰ ਸਾਨੂੰ ਦੁਨੀਆਂ 'ਚ ਕੁਛ ਨਹੀਂ ਹੁੰਦਾ ਸੀ। ਜੋ ਵੀ ਜ਼ਿੰਦਗੀ 'ਚ ਕਰਦੇ ਹਾਂ ਆਪਣੇ ਬੱਚੇ ਵਾਸਤੇ ਕਰਦੇ ਹਾਂ, ਬੱਚੇ ਲਈ ਅਸੀਂ ਆਪ ਮਰਨ ਲਈ ਤਿਆਰ ਹੋ ਜਾਂਦੇ ਹਾਂ। ਸਾਡੀ ਆਪਣੀ ਜ਼ਿੰਦਗੀ ਦੀ ਕੀਮਤ ਘੱਟ ਲੱਗਦੀ ਜਿੱਥੇ ਬੱਚੇ ਦੀ ਸਾਨੂੰ ਕੋਈ ਦੁੱਖ ਤਕਲੀਫ ਹੁੰਦੀ। ਸਾਨੂੰ ਪਤਾ ਲੱਗੇ ਕਿ ਮੇਰੀ ਕੋਈ ਚੀਜ਼ ਵੱਢ ਕੇ ਕਿ ਮੇਰੇ ਬੱਚੇ ਨੂੰ ਲੱਗ ਸਕਦੀ, ਬੰਦਾ ਉਹ ਵੀ ਲਵਾਉਣ ਨੂੰ ਤਿਆਰ ਹੋ ਜਾਂਦਾ। ਪਰ ਮੈਂ ਅੰਦਰ ਜੋ ਮਾਂ ਪਿਓ ਦਾ ਹਾਲ ਦੇਖ ਕੇ ਆਇਆ, ਉਹਨਾਂ ਦੀਆਂ ਅੱਖਾਂ ਦੇ ਵਿੱਚ ਜੋ ਦਰਦ ਔਰ ਨਾਲ ਨਾਲ ਸ਼ੁਕਰਾਨਾ ਦੇਖ ਕੇ ਆਇਆ, ਜਿਨ੍ਹਾਂ ਨੇ ਬੱਚੇ ਬਚ ਗਏ ਨੇ, ਮੌਤ ਦੇ ਮੂੰਹ 'ਚ ਵਾਪਸ ਮੁੜੇ ਨੇ। ਇੱਕ ਪਰਿਵਾਰ ਨਾਲ ਬਹੁਤ ਜ਼ਿਆਦਾ ਹੋਈ, ਉਹਨਾਂ ਦਾ 1.5 ਸਾਲ ਦਾ ਬੱਚਾ ਇਸ ਫਾਨੀ ਦੁਨੀਆ ਤੋਂ ਚਲਾ ਗਿਆ। ਉਹ ਪਰਿਵਾਰ ਪਹਿਲਾਂ ਵੀ ਮੁਸੀਬਤ ਵਿੱਚ ਸੀ, ਉਹ ਵੀ ਰੋਂਦੇ ਦੇਖੇ ਮੈਂ ਇੱਥੇ। ਭੱਲਾ ਸਾਹਿਬ, ਮੈਂ ਇਹਨਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਕਿ ਇਹਨਾਂ ਨੇ ਬਹੁਤ ਮੁਸਤੈਦੀ ਨਾਲ ਕੰਮ ਲੈਂਦੇ ਹੋਏ ਬੱਚਿਆਂ ਦੇ ਬਚਾਅ ਦੇ ਵਿੱਚ ਬਹੁਤ ਵੱਡਾ ਰੋਲ ਇਹਨਾਂ ਨੇ ਅਦਾ ਕੀਤਾ। ਜੋ ਮੈਨੂੰ ਹੁਣ ਪਰਿਵਾਰਾਂ ਨੇ ਦੱਸਿਆ, ਕਿਸੇ ਦੀ ਮੈਂ ਗੱਲ ਤਾਂ ਨਹੀਂ ਸੀ ਮੰਨਣੀ, ਬਟ ਪਰਿਵਾਰਾਂ ਨੇ ਦੱਸਿਆ ਕਿ ਡਾਕਟਰ ਸਾਹਿਬ ਨੇ ਸਾਨੂੰ ਸ਼ੁਰੂ 'ਚ ਇੰਨੀ ਵਧੀਆ ਹੈਲਪ ਦਿੱਤੀ ਕਿ ਸਾਡੇ ਬੱਚੇ ਬਚੇ ਨੇ। ਸੋ ਮੈਂ ਜਿਹੜਾ ਬੱਚਾ ਚਲਾ ਗਿਆ ਉਹਦੇ ਘਰਦਿਆਂ ਨਾਲ ਦਿਲੋਂ ਅਫਸੋਸ ਹੈ, ਔਰ ਮੈਂ ਆਪਣੇ ਸਹਿਯੋਗ ਦੀ ਉਹਨਾਂ ਨੂੰ ਗਰੰਟੀ ਦਿੰਦਾ ਕਿ ਸਾਡੀ ਜਿੱਥੇ ਲੋੜ ਪਵੇ ਅਸੀਂ ਹਾਜ਼ਰ ਹਾਂ। ਔਰ ਮੈਂ ਪੁਲਿਸ ਨੂੰ ਬੇਨਤੀ ਕਰਦਾ, ਪ੍ਰਸ਼ਾਸਨ ਨੂੰ ਬੇਨਤੀ ਕਰਦਾ, ਡਿਪਟੀ ਕਮਿਸ਼ਨਰ ਸਾਹਿਬ ਨੂੰ ਬੇਨਤੀ ਕਰਦਾ ਕਿ ਤਹਿ ਤੱਕ ਜਾਇਆ ਜਾਏ, 1, 2, 4, 10 ਜਿੰਨੇ ਵੀ ਦੋਸ਼ੀ ਇਸ ਗੰਦੇ ਘਟਨਾਕ੍ਰਮ ਦੇ ਮਗਰ ਹੋਣ, ਉਹਨਾਂ ਸਾਰਿਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਦੀ ਮਨਸ਼ਾ ਜਗ ਜ਼ਾਹਰ ਕੀਤੀ ਜਾਵੇ ਕਿ ਕੁਕਰਮ ਕਿਉਂ ਕੀਤਾ ਗਿਆ ਉਹਨਾਂ ਵੱਲੋਂ। ਗੁਰਦਾਸਪੁਰ ਰਸ਼ਪਾਲ ਬਿੱਟੂ, ਚੈਨਲ 2।